ਔਜ਼ ਬਿੱਲਾ ਮਿਨ ਸ਼ੈਤਵਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਸ਼ੁਆ ਖਾਲਸਾ ਟਕਾਲ ਰੋਡ ਪਰ ਮੌਜੂਦ ਹੈ ਜੀ। ਗੈਸ ਨੇ ਪੈਪ ਨਾ ਇਫਤਤਾਹ ਜੀ, ਦਵਾਈਆ ਤਕਰੀਬ ਹੈ। ਅਮੀਨ ਯਾ ਰੱਬੁਲ ਆਲਮੀਨ। ਮਾਸ਼ਾਅੱਲਾ ਜੀ, ਅੱਲਾ ਤਾਲਾ ਕਰਮ ਕਰੇ। 2017 ਤੋਂ ਅਸਾਂ ਚੋਏ ਖਾਲਸੇ ਵਾਲੇ ਹਰ ਬੰਦੇ ਨੇ ਗਲੇ ਵਿੱਚ ਅਸਾਂ ਹਾਰ ਵੀ ਬਾਣੇ ਹਾਂ, ਉਸਨੇ ਇੱਜ਼ਤ ਵੀ ਕਰਨੇ ਹਾਂ। ਕੋਈ ਇਦਾਰਾ ਹੋਵੇ, ਸਿਆਸੀ ਹੋਵੇ ਜਾਂ ਸਮਾਜੀ ਸ਼ਖਸੀਅਤ ਹੋਵੇ, ਅਸਾਂ ਇਸ ਚੀਜ਼ਾਂ ਵਿੱਚ ਬੜੀ ਚੜੀ ਅਤੇ ਹਿੱਸਾ ਗਿਣਦੇ ਹਾਂ। ਔਰ 2017-24 ਕਰੋ ਨਾ ਜੀ, ਤਕਰੀਬਨ 7-8 ਸਾਲ ਬਣੇ ਇਹਦੇ ਅਤੇ ਤੁਸਾਂ ਨੇ ਗੱਪਸ਼ਪ ਵੀ ਕਰਾਸਾਂ ਦੋਸਤੋ ਅਹਿਬਾਬ ਕੋਲ ਪੁੱਛਾਂ ਵੀ ਕਿ 2017 ਸੂ ਇਹ ਮਨਸੂਬਾ ਮੁਕੰਮਲ ਕੀ ਨਹੀਂ ਹੋ ਸਕਿਆ। ਅਸਾਂ ਕਿਸੇ ਬਲੇਮ ਨਾ ਕਰਨਾ ਚਾਹੁੰਦੇ, ਅਸਾਂ ਇਹ ਨਾ ਕਿ ਜਿਹੜਾ ਇਦਾਰਾ ਉਹ ਕੰਮ ਕੀ ਨਹੀਂ ਕਰਨਾ ਪਿਆ ਜੀ। ਮੁਗਲ ਸਾਹਿਬ ਅਸਲਾਮ ਅਲੈਕੁਮ। ਸਭ ਤੋਂ ਪਹਿਲੇ ਤੱਕਣੇ ਸੁਣਨੇ ਵਾਲੇ ਕਿ ਬਹੁਤ ਬਹੁਤ ਦੁਆ, ਉਮੀਦ ਕਰਨਾ ਦੋਸਤ ਜਿੱਥੇ ਵੀ ਉਸ ਨੂੰ ਖੁਸ਼ ਹੋ ਸਕਣ ਬਾਅਦ ਉਸ ਨੂੰ। ਅੱਛਾ ਜਨਾਬ, ਇਹ ਮਰੋਨੇ ਮਿਹਨਤ ਆ, ਇਹ ਜਿਹੜਾ ਪ੍ਰੋਜੈਕਟ ਇਸ ਟਾਈਮ ਪਹਿਲਾ ਕੰਮ ਕੀ ਨਹੀਂ ਹੋਇਆ, ਕਿਆ ਮਾਮਲਾ ਸੀ, ਉਸਨੇ ਵਰਤ ਸੰਪੂਰਨ ਕਿਸ ਬਣੇ। ਇਸ ਟਾਈਮ ਜਿਹੜਾ ਮਰੋਨੇ ਮਿਹਨਤ ਦੇ ਕੰਮ ਹੋਇਆ, ਚੌਧਰੀ ਵਿਕਾਸ ਸਾਹਿਬ ਨੇ, ਚੌਧਰੀ ਬਰਾੜ ਸਾਹਿਬ ਨੇ ਔਰ ਗੁਜਰ ਬ੍ਰਦਰਾਨ ਨੇ, ਔਰ ਅਸਾਂ ਇਹਨਾਂ ਨੇ ਨਾਇਤ ਮਾਮਲੂ ਨੂੰ ਮਸ਼ਕੂਰ ਹਾਂ। ਮੈਂ ਐਜ਼ ਆ ਸਟੇਕ ਹੋਲਡਰ ਪੀ ਟੀ ਆਈ ਪਾਕਿਸਤਾਨ ਤਰੀਕਨ ਸਾਹਿਬ ਚੋ ਖਾਲਸਾ, ਇਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਅਨਾਦੋ ਕਿਰਦਾਰ ਸੂ ਬਲਾਤਾਰ ਹੋਈ ਕਿ ਔਰ ਸਿਆਸੀ ਔਰ ਫਿਰਕਾਵਾਰ ਰਈਅਤ ਸੂ ਹਟੀ ਕਿ ਬਰਾਦਰੀਆਂ ਸੂ ਹਟੀ ਕਿ ਪਰ ਇਹਨਾਂ ਜਿਹੜਾ ਇਨੀਸ਼ੀਏਟਿਵ ਕਹਿੰਦਾ। ਔਰ ਅਸਾਂ ਨੇ ਦੌਰ ਵਿੱਚ ਮੈਂ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਕੰਮ ਮੈਂ ਕਰਾਂ, ਜਿਸ ਤਰ੍ਹਾਂ ਕਿ RMWC ਨੇ ਕੋਈ ਮਾਮਲਾਤ ਸੇ, ਤਾਂ ਮੈਂ ਕੋਸ਼ਿਸ਼ ਕੀਤੀ ਸੀ ਕਿ ਸਾਰੇ ਪਾਸੇ ਹਰ ਪਾਸਾ ਹਰ ਬੰਦਾ ਉਸ ਮੁਸਤਫੀਦ ਹੋਵੇ, ਔਰ ਉਹੀ ਕੰਮ ਅੱਜ ਗੁਜਰਬਾਦ ਰਾਨ ਕਰਨੇ ਪਏ। ਤਾਂ ਮੈਂ ਇਹਨਾਂ ਕੀ ਮੁਬਾਰਕਬਾਦ ਪੇਸ਼ ਕਰਨਾ, ਇਹਨਾਂ ਨਾਲ ਅੱਛਾ ਇਨੀਸ਼ੀਏਟਿਵ ਆ, ਔਰ ਮੈਂ ਇਸ ਚੀਜ਼ ਤੋਂ ਬੜਾ ਪੁਰ ਉਮੀਦ ਹਾਂ ਕਿ ਅਗਰ ਇਹ ਬੰਦੇ ਦਾ ਕੰਮ ਕਰਨ ਵਾਸਤੇ ਹੋਵੇ ਤਾਂ UC ਚੋ ਖਾਲਸੇ ਨੇ ਤਰੱਕੀ ਲਾਜ਼ਮੀ ਹੋ ਸੀ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜਨਾਬ। ਚੌਧਰੀ ਵਿਕਾਸ ਗੁਜਰ ਸਾਹਿਬ ਜੀ, ਨੰਬਰਦਾਰ ਵੀ ਚੋ ਖਾਲਸਾ ਨੇ, ਇਹਨਾਂ ਨੇ ਬੜੀ ਕੋਸ਼ਿਸ਼ ਅਤੇ ਕਾਵਜ਼ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ, ਅਤੇ ਅਸਾਂ ਹੁਣ ਉਮੀਦ ਰੱਖਣੇ ਹਾਂ ਵੀ ਕਿ ਇਹ ਜਿਹੜਾ ਕੰਮ ਆ ਇਹ ਪਾਇਆ ਤਕਮੀਲ ਤੱਕ ਪਹੁੰਚੀ, ਕਿਉਂਕਿ ਹੁਣ ਗੁਜਰਾਂ ਤੱਕ ਪਹੁੰਚੀ ਗਿਆ। ਤਾਂ ਅਸਾਂ ਉਮੀਦ ਰੱਖਣੇ ਹਾਂ ਵੀ ਕਿ ਜਿਹੜਾ ਪੂਰੇ ਇਲਾਕੇ ਨਾਲ ਹੁਣ ਕੋਈ ਕੰਮ ਰਹਿਣਾ ਨਾ, ਚੌਧਰੀ ਸਾਹਿਬ ਦੇ ਤੁਸਾਂ ਹੁਣ ਇਸ ਵਿੱਚ ਕੋਸ਼ਿਸ਼ ਕਰਨੀ ਹੈ ਕਿ ਮੁਕੰਮਲ ਇਸ ਸਿਲਸਿਲੇ ਕੀ ਜਾਰੀ ਰੱਖੋ। ਜ਼ਰੂਰ ਜਨਾਬ, ਸਾਹਮਣੇ ਲੋਕੇਸ਼ਨ 1 ਹੀ ਜਿਹੜਾ ਸਟਾਰਟ ਹੀ ਇਸ ਵਕਤ ਪਾਇਪ ਇਸਨੇ ਲੋਕੇਸ਼ਨ 1 ਨੇ ਔਰ ਲੋਕੇਸ਼ਨ 3 ਨੇ, 2 ਨੇ ਤਾਂ ਆਲਰੇਡੀ ਪਹਿਲੇ 4 ਇੰਚ ਮੁਕੰਮਲ ਹੋਈ ਚੁੱਕੇ ਸੀ, ਉਸਨੇ ਹੁਣ 1.25 ਨੇ ਔਰ 2 ਨੇ ਰਹਿਣੇ। ਇਸੇ ਤਰੀਕੇ ਨਾਲ ਇਨਸ਼ਾਅੱਲਾ ਅੱਲਾ ਖੈਰ ਕਰਸੀ, ਅੱਗੇ ਆਸਤਾ ਆਸਤਾ ਸਾਰੇ ਜਿਹੜੇ ਬਾਕੀ ਰਹਿਣੇ ਏਰੀਏ ਉਹ ਵੀ ਟਕਾਲ ਸਾੜੀ ਬਾਕੀ ਜਿਹੜੇ ਟਕਾਲ ਨੇ ਉਹ ਸਾਰੇ ਆ ਗਏ, ਅਤੇ ਇਨਸ਼ਾਅੱਲਾ ਤਾਲਾ ਬਹੁਤ ਜਲਦ ਮੁਕੰਮਲ ਹੋ ਸਕਦੀ ਸਰ। ਮਾਸ਼ਾਅੱਲਾ ਜੀ, ਬੜੀ ਕੋਸ਼ਿਸ਼ ਹੈ। ਸਾਬਕ ਨੈਬ ਨਾਜ਼ਮ ਐਨ ਦਾਊਦ ਅਕਬਰ ਰਾਜਾ ਸਾਹਿਬ, ਰਾਜ ਸਾਹਿਬ 2017 ਸੂ ਔਰ ਕੋਸ਼ਿਸ਼ ਹੁਣ ਵੀ ਇਹ ਜਾਰੀ ਹੈ, ਸੁਣਾਈ ਕਿਸੇ ਪਾਸੇ ਨਹੀਂ ਬੰਦਾ ਹੈ ਜੇ ਕੋਈ ਪਾਰਟੀ ਹੈ ਜਾਂ ਕੋਈ ਸਿਲਸਿਲਾ ਹੈ, ਇਦਾਰਾ ਹੈ ਉਹ ਹੁਣ ਬੰਦੇ ਲਾਈ ਹੋੜੇ ਨੇ,
ਕੰਮ ਹੋ ਸੀ ਜਿਲ੍ਹੇ ਵਾਸ ਬੰਦ ਕਰੋ ਬੰਦ ਕਰੀ ਚਲੇ ਜਾ ਸਕੋ ਕਿਸੇ ਕੋਈ ਪੁੱਛਣਾ ਹੀ ਨਹੀਂ ਤੇ ਤੁਸੀਂ ਆਖਸੋ ਕਿ ਹੁਣ ਜਿਹੜਾ ਇਹ ਸਿਲਸਿਲਾ ਇਸ ਵਕਤ ਹੈ ਇਸ ਨਹੀਂ ਕਿਆ ਉਮੀਦ ਹੈ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸਭ ਤੋਂ ਪਹਿਲੇ ਤੁਸੀਂ ਸਭ ਤੋਂ ਸਾਨੂੰ ਸ਼ੁਕਰੀਆ ਕਿ ਜਿਹੜਾ ਵੀ ਸਾਡੇ ਕੋਲ ਕੋਈ ਥੋੜ੍ਹਾ ਬਹੁਤ ਚੰਗਾ ਕੰਮ ਹੋਇਆ ਜੀ ਜਵੈਦ ਸੁਣੀ ਕਵਰੇਜ ਕਰਨੇ ਹੋ ਅਤੇ ਸਾਡੀ ਹੌਸਲਾ ਅਫਜ਼ਾਈ ਕਰਨੇ ਹੋ ਬਾਕੀ ਜਿਸ ਤੱਕ ਤਰਲਾ ਕਿ ਵਾਕਈ ਇਸ ਨੂੰ ਠੀਕ ਆਖਣੇ ਹੋ ਪਏ ਕਾਫੀ ਇਲਤਵਾਨ ਸ਼ਿਕਾਰ ਰਿਹਾ ਇਹ ਮਨਸੂਬਾ ਜਿਹੜਾ ਆ 2017 ਤੋਂ ਹੀ ਕਿੰਨੇ ਤਾਂ ਹੁਣ ਤੱਕ ਕੋਈ ਥੋੜ੍ਹਾ ਜਿਹਾ ਬਦਕਿਸਮਤੀ ਸਾਡੇ ਜਿਹੜਾ ਸਾਈਕੀ ਆ ਨਾ ਸਾਡੀ ਪੂਰੀ ਆਵਾਮ ਨਹੀਂ ਬਤੌਰ ਆਵਾਮ ਨਹੀਂ ਸਿਰਫ ਇਹ ਨਹੀਂ ਕਿ ਖਾਲੀ ਹੁਕਮਰਾਨਾਂ ਨਹੀਂ ਕਿਉਂਕਿ ਮਗਰ ਹੁਕਮਰਾਨ ਕੌਣ ਹੋਣੇ ਅਸੀਂ ਉਹਨਾਂ ਹੁਕਮਰਾਨ ਨਾਲ ਕੇ ਆਵਾਮ ਨਹੀਂ ਪਹਿਚਾਣੇ ਆ ਨਾ ਇਹ ਸਾਈਕੀ ਹੋਣੀ ਜਨਾਬ ਨਹੀਂ ਕਿ ਬਸ ਮਾੜੇ ਸਿਰਾ ਪਰ ਪੱਗ ਟਿਕਾ ਕਈ ਦਫ਼ਾ ਹੋਣਾ ਜਨਾਬ ਨਹੀਂ ਕਿਸੇ ਪਤਾ ਕਿ ਪਾਕਿਸਤਾਨ ਵਿੱਚ ਹਕੂਮਤਾਂ ਇੱਕਦਮ ਚੇਂਜ ਹੋ ਜਾਣੀਆਂ ਕਈ ਦਫ਼ਾ ਇੱਕ ਹਕੂਮਤ ਸ਼ੁਰੂ ਕਰਨੀ ਮਨਸੂਬਾ ਪੈਸੇ ਵੀ ਰੱਖ ਸੀ ਬੈਂਕਾਂ 'ਚ ਬਾਕੀ ਕੰਮ ਹੀ ਹੋ ਸੀ ਲੇਕਿਨ ਫਿਰ ਜਦ ਦੂਈ ਹਕੂਮਤ ਵਿੱਚ ਨਹੀਂ ਉਹਨਾਂ ਨੇ ਇਹ ਖਿਆਲ ਬਲਕਿ ਇਰਾਦਾ ਹੋਣਾ ਉਹਨਾਂ ਨਾਲ ਕਿ ਭਾਈ ਕਿਸੇ ਥੋੜ੍ਹਾ ਜਲਦਵਾਨ ਸ਼ਿਕਾਰ ਕਰੋ ਤਾਂ ਕਿ ਉਹ ਪੁਰਾਣਾ ਭੁੱਲੀ ਜਾਣ ਸਾਰੇ ਕੰਮ ਅਤੇ ਲੋਕ ਇਹ ਸਮਝਣ ਜਨਾਬ ਲਈ ਕਿਉਂ ਅਸਾਂ ਸ਼ੁਰੂ ਕਰਾਉਣ ਰਹੇ ਹਾਂ ਇਸੇ ਖੈਂਚੀਤਾਨੀ ਵਿੱਚ ਇੱਥੇ ਤੱਕ ਪਹੁੰਚਿਆ ਲੇਕਿਨ ਹੁਣ ਕਿਉਂਕਿ ਜਿਸ ਤਰ੍ਹਾਂ ਉਹਨੇ ਜਨਾਬ ਲਈ ਕਿ ਦੇਰ ਹੈ ਦਰੁਸਤ ਵਾਲੀ ਗੱਲ ਲਈ ਕਿ ਹੁਣ ਸਾਨੂੰ ਦੱਸਿਆ ਉਸੀ ਜਨਾਬ ਜਿਸ ਤਰ੍ਹਾਂ ਦੱਸਿਆ ਆਪਣੇ ਵਿਕਾਸ ਹੋਰਾਂ ਵੀ ਕਿ ਬਈ ਇੱਕ ਵਕਤ ਕਮ ਸੇ ਕਮ ਦੋ ਦੋ ਤਰ੍ਹਾਂ ਤਰ੍ਹਾਂ ਲੋਕੇਸ਼ਨਾਂ ਪਰ ਜਾਣਾ ਕੰਮ ਸ਼ੁਰੂ ਆ ਤਾਂ ਸਾਰਿਆਂ ਤੋਂ ਬੜੀ ਗੱਲ ਹੋਣੀ ਮਟੀਰੀਅਲ ਨਹੀਂ ਸਾਰੀ ਗੱਲ ਹੋਣੀ ਪੈਸੇ ਨਹੀਂ ਇਸ ਤਰ੍ਹਾਂ ਮਟੀਰੀਅਲ ਔਨ ਗਰਾਊਂਡ ਮੌਜੂਦ ਆ ਪੈਸਾ ਅਕਾਊਂਟ ਵਿੱਚ ਮੌਜੂਦ ਆ ਤਾਂ ਅੱਲਾ ਨੇ ਹੁਕਮਰਾਨ ਇਨਸ਼ਾ ਅੱਲਾ ਤਾਲਾ ਇਸ ਹਕੂਮਤ ਹੁਣ ਜਿਹੜੀ ਆਈ ਹੈ ਨਾ ਹੁਣ ਜਿਸ ਤਰ੍ਹਾਂ ਆਖਣੇ ਉਹਨਾਂ ਕਿ ਬਸ ਹੁਣ ਇਹਨਾਂ ਕਰਨਾ ਹੀ ਕਰਨਾ ਹੁਣ ਔਲਾਦ ਇਸ ਵਕਤ ਪੁੱਛੀ ਗਈ ਆਵਾਮ ਕੀ ਵੀ ਹਰ ਚੀਜ਼ ਪਤਾ ਹੋਣੀ ਆਵਾਮ ਕੀ ਵੀ ਪਤਾ ਇਸੇ ਤੋਂ ਆਮ ਆਦਮੀ ਤੁਸਾਂ ਕੀ ਵੀ ਪਤਾ ਜਨਾਬ ਲਈ ਜੀ ਅਕਾਊਂਟ 'ਚ ਪੈਸੇ ਪਏ ਹੋਏ ਇਹ ਹੋਣਾ ਚਾਹੀਦਾ ਕੰਮ ਅਤੇ ਇਸ ਵਾਸਤੇ ਜਨਾਬ ਲਈ ਹੁਣ ਉਹ ਆਪਣੇ ਇਨਸ਼ਾ ਅੱਲਾ ਤਾਲਾ ਸੰਗੀ ਬਿਲਕੁਲ ਉਮੀਦ ਹੈ ਉਮੀਦ ਹੈ ਕਾਮਿਲ ਹੈ ਕਿ ਇਹ ਮਨਸੂਬਾ ਜਿਹੜਾ ਥੋੜ੍ਹਾ ਜਿਹਾ ਲੈਫਟ ਓਵਰ ਥਿਆ ਜੋ ਹਲਸਾ ਜਲਸਾ ਨਾ ਯੂਨੀਅਨ ਕੌਂਸਲ ਨਾਲ ਇਹ ਜਿਹੜਾ ਹੁਣ ਸ਼ੁਰੂ ਹੋਇਆ ਵਾ ਇਨਸ਼ਾ ਅੱਲਾ ਤਾਲਾ ਮੁਕੰਮਲ ਹੋਈ ਜਿਸੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਸਰ ਜਨਾਬ ਇਫਤਤਾਹ ਹੋਈ ਗਿਆ ਇਸ ਜਗ੍ਹਾ ਤੋਂ ਜੀ ਮਾਸ਼ਾਅੱਲਾ ਜੀ ਸਾਡੇ ਇਹ ਦੋਸਤ ਜਿਹੜੇ ਵੇ ਕੰਮ ਕਰਨੇ ਵਾਲੇ ਰਿਜ਼ਕੇ ਹਲਾਲ ਨਹੀਂ ਤਲਾਸ਼ ਵਿੱਚ ਇਹ ਵੀ ਹੋਣਾ ਜੀ ਰਿਜ਼ਕ ਰੋਜ਼ੀ ਵੀ ਹੋਣੀ ਹੈ ਅਤੇ ਨਾਲ ਆਵਾਮ ਨਹੀਂ ਬਿਹਤਰੀ ਵੀ ਅਤੇ ਖਿਦਮਤ ਵੀ ਆਉਣੀ ਹੈ ਜੀ ਕਮਾਲ ਆ ਇੱਕ ਥੋੜ੍ਹਾ ਜਿਹਾ ਮੈਂ ਪੈਗਾਮ ਦੇਣਾ ਚਾਹੁੰਦਾ ਕਿ ਇਹ ਪਰਦੇਸੀ ਲੋਕ ਜਿਹੜੇ ਆਏ ਹੋਏ ਨਾ ਬਾਅਦ ਕਰ ਸਮਝਣਿਆ ਜਨਾਬ ਅਲੀ ਕਿ ਫੰਡ ਦੇਣਾ ਹਕੂਮਤਾਂ ਨਾਲ ਕੰਮ ਇਸ ਨੇ ਕੋਈ ਸ਼ੱਕ ਨਹੀਂ ਦਿਹਾੜੀ ਨਾ ਗਿੱਲਾ ਬਣੀ ਪੈਣੀ ਇਹ ਵੀ ਹਕੂਮਤ ਜਾਣੀ ਲੇਕਿਨ ਇੱਕ ਪਾਣੀਆਂ ਨੇ ਗਲਾਸ ਪੁਰਾਣਾ ਪੂਰਾ ਅਚਾਨਕ ਕੱਪ ਲਾਈ ਛੋੜਨਾ ਪੂਰਾ ਅਗਰ ਘਰ ਫਸ ਘਰਾਂਡੀ ਚੰਗੀ ਪੱਕੀ ਵੀ ਤਾਂ ਇਸਨੇ ਗਵਾਂਢ ਉੱਪਰ ਕੰਮ ਕਰਨੇ ਪਏ ਤਾਂ ਇੱਕ ਪਲੇਟ ਤਰਕਾਰੀ ਨਹੀਂ ਚਾਹੀਦਾ ਲੈਣਾ ਦੇਣਾ ਇਹ ਕਾਰੇ ਖੈਰ ਲੋਕਾਂ ਨੇ ਮੈਂ ਇਹ ਅਪੀਲ ਕਰ ਸਾਰਿਆਂ ਗਏ ਕਿ ਜਿਹੜਾ ਸੁਣੇ ਇਰਦ ਗਿਰਦ ਸੁਣੇ ਗਵਾਂਢ ਜੇ ਕੰਮ ਕਰਨੇ ਹੋਣ ਹੋਰ ਕੁਝ ਵੀ ਨਾ ਸਿਰਫ ਸਿਰਫ ਇਹ ਪੁੱਛੀ ਸਕਣਾ ਜਿਹੜਾ ਪਾਣੀ ਦੇ ਨਵੇਂ ਲੋੜ ਵਾਹੀ ਗੱਲ ਹੈ ਬੜੀ ਗੱਲ ਹੈ ਰਾਜ ਸਾਹਿਬ ਬਹੁਤ ਮਿਹਰਬਾਨੀ ਜਨਾਬ ਅਤੇ ਬਹੁਤ ਜਿਹੜਾ ਨਾ ਜੀ ਗੈਸ ਘੱਲਿਓ ਨਹੀਂ ਬਾਲਣਾ ਕਿ ਸਾਰੇ ਬਾਲਣ ਡਾਕਟਰ ਅਬਦੁਲਵਾਜ਼ ਸਾਹਿਬ ਹਨ ਜੀ ਡਾਕਟਰ ਸਾਹਿਬ ਮਨਸੂਬਾ ਮਾਸ਼ਾਅੱਲਾ ਸ਼ੁਰੂ ਹੋ ਗਿਆ ਤੁਸਾਂ ਨੇ ਗ੍ਰਾਂਟ ਮਹਿ ਪਹੁੰਚੀ ਨਹੀਂ ਸਾਡੇ ਗ੍ਰਾਂ ਨਹੀਂ ਪਹੁੰਚੀ ਇਨਸ਼ਾਅੱਲਾ ਪਹੁੰਚੀ ਜਾ ਸੀ ਔਰ ਕਮ ਅਜ਼ ਕਮ ਗੈਸ ਇਸ ਸਿਲਸਿਲੇ 'ਚ ਆ ਕਿ ਯੂਨੀਅਨ ਕੌਂਸਲ ਤੁਹਾਡੀ ਕਹਿ ਕੈਚਮੈਂਟ ਆਬਾਦੀ ਜਿਹੜੀ ਵੀ ਨਾਲ ਹੈ ਉਸਦੀ ਹਰ ਸੂਰਤ ਗੈਸ ਮਿਲੀ ਜਾਏ ਜੀ ਕੋਈ ਜ਼ਰੂਰੀ ਨਹੀਂ ਹੈ ਕਿ ਯੂਨੀਅਨ ਕੌਂਸਲ ਚੋਹਾ ਖਾਲਸਾ ਨਗਰ ਕੋਈ ਕੁਨਾਨ ਏਰੀਆ ਲੱਗਣਾ ਪਿਆ ਜਾਂ ਯੂਨੀਅਨ ਕੌਂਸਲ ਦੁਬੇਰਨ ਕਲਾਨ ਏਰੀਆ ਲੱਗਣਾ ਪਿਆ ਜਾਂ ਯੂਸੀ ਮਨਿਆਂਦਾ ਨਾ ਕੋਈ ਨੰਬਲ ਏਰੀਆ ਲੱਗਣਾ ਪਿਆ ਉਹਨਾਂ ਲੋਕਾਂ ਸਾਰੇ ਇਲਾਕੇ ਜੋ ਹੈ ਜੀ ਉਹਨਾਂ ਕੋਈ ਮੁਸਤਫੀਦ ਹੋਣਾ ਚਾਹੀਦਾ ਬਨਾਲ ਜੀਆਂ ਜੈਰ ਕੜਾਥੇ ਜੀ ਅਸਾਂ ਤਾਂ ਸਾਰੇ ਗੈਸ ਬਾਲਣ ਦਰਖਤ ਬਚਣ ਅਸਾਂ ਨੇ ਮੌਸਮ ਠੀਕ ਹੋਣ ਤੇ ਸਾਰੀਆਂ ਮਾਵਾਂ ਭੈਣਾਂ ਗੈਸ ਬਾਲਣ ਜੀ ਫੂਕਾਂ ਮਾਰੀ ਮਾਰੀ ਤਾਂ ਅੱਧੀਆਂ ਧਾਨੀਆਂ ਹੀ ਹੋਈ ਗਈਆਂ ਜਨਾਬ ਚੌਧਰੀ ਸ਼ਬੀਰ ਸਾਹਿਬ ਜੀ ਕਬੱਡਰ ਵੀ ਇਹ ਨਾਜ਼ ਔਰ ਦਾਨਾ ਨੇ ਬਹੁਤ ਸ਼ੌਕੀਨ ਤੇ ਦਾਨਾ ਨੇ ਜਲਸੇ ਵੀ ਕਰਾਉਣੇ ਹੋਣੇ ਤੇ ਮੇਲੇ ਪਰ ਵੀ ਆਉਣਾ ਜਨਾਬ ਤੇ ਹੁਣ ਗੈਸ ਇੱਥੇ ਲੱਗ ਸੀ ਤੇ ਇਹ ਪਹਿਲੇ ਇੱਥੇ ਪਹੁੰਚੇ ਸੀ ਕਿ ਬਾਈ ਇਹ ਆਵਾਮੀ ਜਿਹੜੀ ਖਿਦਮਤ ਹੈ
ਇਹ ਅਸਾਂ ਨਾ ਵੀ ਕੰਮ ਅਸਾਂ ਵੀ ਅਸੀਂ ਖਲੀਏ ਦੁਆ ਕਰੀਏ ਅੱਲਾ ਕਰੇ ਮੁਕੰਮਲ ਹੋ ਜਾਏ। ਇਸ ਨੇ ਵਿੱਚ ਕੁਛ ਪਾਰਟੀ ਨੇ ਕ੍ਰੈਡਿਟ ਕੋਈ ਨਹੀਂ, ਅਸਾਂ ਇਲਾਕੇ ਨੇ ਬੰਦਿਆਂ ਨੇ ਕ੍ਰੈਡਿਟ ਹੋਣਾ ਚਾਹੀਦਾ ਸਮਝ ਨਹੀਂ। ਅਸਾਂ ਇਲਾਕੇ ਨੇ ਬੰਦਿਆਂ ਕੀ ਸੋਚ ਆਉਣੀ ਚਾਹੀਦੀ, ਅਸਾਂ ਆਪਣੇ ਇਲਾਕੇ ਨੇ ਕੰਮ ਕੋਈ ਬੰਦਾ ਕਰਾਇਆ ਉਸਕੇ ਪਾਰਟੀ ਦੇਣੀ ਚਾਹੀਦੀ। ਮਾਸ਼ਾਅੱਲਾ ਜੀ, ਇਹ ਸਪੋਰਟਮੈਨ ਸਪਿਰਿਟ ਹੀ ਸਹੀ ਆਖਣੀ ਜਨਾਬ, ਕੀ ਬਾਤ ਹੈ ਜੀ। ਹੁਣ ਹਿੱਸਾ ਹੋ ਗਿਆ ਜੀ ਸਾਰਾ ਜੀ, ਹੁਣ ਭਾਵੇਂ ਕੋਈ ਬੋਲੇ ਬੋਲੋ ਨਾ ਦੇਣ ਚੋਰੀ ਜੀ। ਅਤੇ ਚੌਧਰੀ ਵਿਰਾਟ ਗੁਜਰ ਸਾਹਿਬ ਜੀ, ਮਾਸ਼ਾਅੱਲਾ ਤੱਕੋ ਉੱਥੇ ਦੁਬਈ ਵਿੱਚ ਆਪਣੀ ਪਟਵਾਰ ਟਰਾਂਸਪੋਰਟ ਕੰਪਨੀ ਵੀ ਹੈ, ਲੇਕਿਨ ਆਵਾਮ ਦੀ ਖਿਦਮਤ ਵਾਸਤੇ ਇੱਥੇ ਪਹੁੰਚੇ ਇਸ ਨੇ। ਜਿੱਥੇ ਕੋਈ ਆਵਾਮੀ ਫਲਾਈ ਕੰਮ ਹੋਣਾ ਇਹ ਉੱਥੇ ਮੌਜੂਦ ਹੋਣੇ। ਤੋ ਇਹ ਬੱਸ ਤਾਂ ਰੱਖਣੇ ਸਭੇ ਕਿ ਉਹ ਕਸ਼ਮੀਰ ਕੀਆਂ ਨਹੀਂ ਗਏ ਤੱਕ ਹੀ ਗਣੋ ਕੁੱਤਾ ਕੁੱਤਾ ਖਲਦੇ ਵੇ, ਅਗਰ ਇਹ ਇੱਥੇ ਖਲੋ ਨਾ ਤਾਂ ਕੰਮ ਇਹ ਨਹੀਂ ਹੋਣੇ। ਅਤੇ ਚੋ ਜੀ, ਇਸ ਹਵਾਲੇ ਨਾਲ ਤੁਸੀਂ ਸਾਰੇ ਜਿਹੜੇ ਆਪਣੇ ਇੱਥੇ ਸਰਾਊਂਡਿੰਗ ਏਰੀਆ ਦੇ ਦੋਸਤ ਅਹਿਬਾਬ ਹੈ ਜਿਹੜੇ ਟਰੱਸਟ ਕਰ ਰਹੇ ਉਹਨਾਂ ਕੀ ਕਹਿ ਆਖੋ? ਚੋਈ ਸਾਹਿਬ, ਅਸਾਂ ਬੜੇ ਮੁਤਮਿਨ ਹਾਂ ਮਾਸ਼ਾਅੱਲਾ, ਅਸਾਂ ਨੇ ਪੂਰੀ ਐਫਰਟ ਹੀ, ਤੁਸੀਂ ਪਤਾ ਕਿ ਪਿਛਲੇ 2-3 ਸਾਲ ਤੋਂ ਅਸਾਂ ਕਾਫੀ ਦੌੜਨੇ ਸਾਂ ਪਏ, ਪਹਿਲੇ ਵੀ ਦੌੜਨੇ ਰਹੇ ਹਾਂ ਇਸ ਪਿੱਛੇ ਅਸਾਂ, ਲੇਕਿਨ 2-3 ਸਾਲ ਤੋਂ ਤੁਸੀਂ ਇਸ ਚੀਜ਼ਾਂ ਨੇ ਗਵਾਹ ਹੋ। ਅਸਾਂ 5-7 ਗੱਡੀਆਂ ਕਿੰਨੀ ਅਤੇ ਇਸਲਾਮਾਬਾਦ ਜਾਣੇ ਰਹੇ ਹਾਂ, ਔਰ ਅਸਾਂ ਪੂਰੀ ਕੋਸ਼ਿਸ਼ ਸੀ ਕਿ ਅਸਾਂ ਨੇ ਗੈਸ ਲਗੀ ਜਾਏ, ਠੀਕ ਹੈ ਜੀ। ਇਹ ਕੰਮ ਅਧੂਰਾ ਪਿਆ ਸਾ, ਅੱਧਾ ਪਿਆ ਸਾ ਕੰਮ, ਬਸ ਜੋ ਇਲੈਕਸ਼ਨ ਕੋਲ ਅਛਨੇ ਤਾਂ ਜਨਾਬ ਪੈਪ ਚ 5-7 ਸੱਟੀ ਚਲੇ ਜਾਣੇ ਸੇ, ਤਾਂ ਫਿਰ ਦੋਈ ਪਾਰਟੀ ਆ ਗਈ ਜਨਾਬ, ਤਾਂ ਫਿਰ ਉਸ ਰਿਕਵਾਈ ਸਟਿਆ ਕੜੀ ਇੱਕ ਰਿਕਵਾਈ ਸਟਿਆ, ਬਹਰਹਾਲ ਅਲਹਮਦੁਲਿਲਾ ਹੁਣ ਸ਼ੁਰੂ ਹੋਈ ਗਿਆ। ਕਾਫੀ ਹੱਦ ਤੱਕ ਇੱਕ ਫੇਜ਼ ਅਸਾਂ ਅਪਰ ਮਲਾਕ ਵਿੱਚ ਮੁਕੰਮਲ ਵੀ ਕੀਤਾ, ਅਤੇ 2 ਫੇਜ਼ ਰਹੀ ਗਏ, ਅਤੇ ਇਹ ਅੱਜ ਮਾਸ਼ਾਅੱਲਾ ਸ਼ੁਰੂ ਹੋਈ ਗਿਆ। ਤਾਂ ਅੱਲਾ ਕਰਸੀ ਇਨਸ਼ਾਅੱਲਾ ਹੁਣ ਬਿਲਕੁਲ ਇਹ ਮੁਕੰਮਲ ਹੋ ਸੀ ਕੰਮ, ਔਰ ਬਹੁਤ ਜਲਦੀ ਸਾਡੇ ਬੰਦੇ ਸਾਡੇ ਭਰਾ ਗੈਸ ਬਾਲਸਣ ਇਨਸ਼ਾਅੱਲਾ। ਇਨਸ਼ਾਅੱਲਾ ਸੌਟ ਸਾਡੇ ਪੈ ਪਏ ਵੇ, ਉਹ ਵੀ ਨਾ ਗਿਆ ਹੈ, ਪਲੀਜ਼ ਉਹ ਬਾਈ ਛੋੜੋ, ਜੇ ਨਹੀਂ ਬਣੇ ਫਿਰ ਦੱਸਣ ਅਸਾਂ ਕੀ ਅਸਾਂ ਕੋਈ ਅੱਗੇ ਪਿੱਛੇ ਕਰੀਏ ਸਰ। ਇਨਸ਼ਾਅੱਲਾ ਉਹ ਵੀ ਪੈਸਾ ਚੋਰੀ ਕਿਆ ਗੁਜਰ ਨਾਲ ਉਸ ਜਿਹੜਾ ਗੱਲ ਹੋਈ ਸੀ ਇਸੇ ਮਾਮਲੇ ਉੱਪਰ, ਤਾਂ ਜਨਾਬ ਉਸ ਆਇਆ ਸਾ ਉਸ ਯਕੀਨਦਾਨੀ ਕਰਾਈ ਸੀ ਕਿ ਬਿਲਕੁਲ ਜੀ ਸਾਰੇ ਪੈਪ ਪੈਸਣ ਇਨਸ਼ਾਅੱਲਾ, ਉਹ ਬਿਲਾ ਤਫਰੀਕ ਪੈਸਣ। ਬਲਕਿ ਮੈਂ ਤਾਂ ਆਉਣਾਗੇ ਪੀਪਲਸ ਪਾਰਟੀ ਔਰ PTI ਵਾਲਿਆਂ ਨੇ ਪਹਿਲੇ ਪੈਣੇ ਚਾਹੀਦੇ, ਨੂਨ ਵਾਲਿਆਂ ਨੇ ਬਾਅਦ ਪੈਣੇ ਚਾਹੀਦੇ। ਨੂਨ ਵਾਲੇ ਹੁਣ ਥੋੜ੍ਹੇ ਘੱਟ ਹੋ ਗਏ, ਅਸਾਂ ਤਾਂ ਆਣੇ ਅਸਾਂ ਜ਼ਿਆਦੇ ਹਾਂ। ਅੱਛਾ, ਇਸ ਨੇ ਵੀ ਜਿਹੜੀ ਹੈਗਾ ਚੋ ਸ਼ਬੀਰ ਹੋਰਾਂ ਵੀ ਗੱਲ ਕੀਤੀ ਜੀ, ਭਰਾ ਆਪਣਾ ਦਾਊਦ ਅਕਬਰ ਹੋਰਾਂ ਵੀ ਗੱਲ ਕੀਤੀ ਹੈ, ਅਤੇ ਨੰਬਰਦਾਰ ਵਿਕਾਸ ਹੋਰਾਂ ਵੀ ਗੱਲ ਕੀਤੀ ਹੈ ਕਿ ਬਈ ਇਸ ਨੇ ਵਿੱਚ ਕੋਈ ਪਾਰਟੀ ਬੇਸ ਹੈ ਕੋ ਨਹੀਂ, ਇਲਾਕਾਈ ਸਤਹ ਪਰ ਕੰਮ, ਅਸਾਂ ਪਾਰਟੀ ਕਿਸੇ ਕੀ ਵੀ ਨਾ ਮੰਨੇ, ਜਿਹੜੀ ਪਾਰਟੀ ਕੰਮ ਕਰਾ ਸੀ ਅਸਾਂ ਉਸੀ ਸਲਾਮ ਕਰਦੇ ਹਾਂ। ਅਸਾਂ ਸਾਰੇ ਭਰਾ ਹਾਂ ਜੀ, ਪਹਿਲੇ ਅਸਾਂ ਭਰਾ ਹਾਂ ਤਾਂ ਬਾਅਦ ਪਾਰਟੀਆਂ। ਇਹ ਸਾਡਾ ਪੈਸਾ ਆ, ਇਹ ਆਵਾਮ ਦਾ ਪੈਸਾ ਆ, ਔਰ ਅਸਾਂ ਕੀ ਕਹਿੰਦੇ, ਮੈਂ ਆਪਣੀ ਪਾਰਟੀ ਕੋਲ ਖਸਣਾ ਪਿਆ ਨਾ, ਤਾਂ ਮਾੜੇ ਨਾਲ ਮੁੰਡਾ ਲਾਈ ਲੱਗਣਾ ਚਾਹੁੰਦਾ, ਨਕਾਸ਼ ਹੋਰ ਕਿ ਆਪਣੀ ਪਾਰਟੀ ਕੋਲ ਖਸਣਾ ਪਿਆ, ਤਾਂ ਇਹਨਾਂ ਨੇ ਅਸੀਂ ਸਾਥ ਦੇਣਾ ਚਾਹੀਦਾ। ਆਪਣਾ ਪੈਸਾ ਆ, ਆਪਣੇ ਇਲਾਕੇ ਨਹੀਂ, ਸਿੱਧੀ ਸਾਦੀ ਕਾਲੀ ਘਰ ਸਾਡਾ ਆਪਣਾ ਠੀਕ ਠਾਕ, ਉਸੀ ਤਾਂ ਬਾਕੀ ਵੀ ਸਭ ਠੀਕ ਠਾਕ। ਬਿਲਕੁਲ, ਵੈਰੀ ਗੁੱਡ ਜੀ, ਯਾਨੀ ਇੱਕ ਕੱਲਾ ਕਦਾ ਜਿੱਧਰ ਮਰਜ਼ੀ ਆ ਫਿਰਨਾ ਰਹਿਣਾ, ਕੋਈ ਅਮੀਅਤ ਨਹੀਂ, 11 ਜਿਲ੍ਹੇ ਹੋਈ ਜਾ ਸੋ ਤੇ ਮੜਾ ਖਿਆਲ ਨਾ ਆਣੇ ਉਹਨੇ ਭਾਰੀ ਜਿਲ੍ਹੇ ਵਧੀ ਵੇ ਤੇ ਮੂੰਹ ਬਣੀ। ਮਿਹਰਬਾਨੀ ਕਰ ਸੋ, ਮੋੜ ਨਗੜਿਆਲ ਨੇ ਦੋ ਚੁਕਾ ਬੱਲੀ ਵੀ ਤੇ ਬਾਕੀ ਗ੍ਰਹਿ ਪੂਰੇ ਕੋਲ ਨਹੀਂ ਬੱਲੀ, ਇਹ ਮਿਹਰਬਾਨੀ ਕਰ ਸੋ, ਮੋੜ ਨਗੜਿਆਲ ਨੇ ਕੋ ਪੈਪ ਸੋਟ ਤੇ ਮੋੜ ਨਗੜਿਆਲ ਜੀ ਲਗੀ ਜਾ, ਹਰ ਹਰ 10 ਗਾਜ਼ ਉੱਪਰ ਬੱਲੀ ਵੀ 10 ਗਾਜ਼ ਤੋਂ ਪਰ ਕੋ ਨਹੀਂ ਦੂਈ ਸਾਹਿਬ ਤੋਂ 10 ਮਤਲਬ ਚੁਣੀ ਚੁਣੀ ਨਾ ਬਾਲੋ ਹੈ ਸਾਰਿਆਂ ਕੀ ਦਿਓ, ਸਾਰੇ ਸਮਝੇ ਨੇ, ਸਾਰੇ ਪਾਕਿਸਤਾਨੀ ਆ, ਸਾਰੇ ਅਸਾਂ ਤਹਿਸੀਲ ਕਲਰ ਸਹੀਦਾ ਨੇ ਆ, ਐਮਪੀਏ ਸਾਹਿਬ ਕੇ ਸਾਹ ਇਹ ਪਾਵਰ ਕਰਾਉਣਾ ਚਾਹਣੇ ਆ, ਐਮਐਨਏ ਨੂੰ ਐਮਐਨਏ ਕੀ ਪਾਵਰ ਕਰਾਉਣਾ ਚਾਹਣੇ ਆ, ਕਿ ਮਿਹਰਬਾਨੀ ਕਰੀ ਤੇ ਮੋੜੇ ਨਗੜਿਆਲ ਜਿਹੜੀ ਗੈਸ ਸੀ ਅਧੂਰੀ ਛੋੜੀ ਨੇ, ਉਹ ਸੌਟ ਵਧਾ ਲਈ ਜਾ ਕਨਵੇ ਯੂਨੀਅਨ ਕੌਂਸਲ ਲਈ ਜਾ ਸੱਚੇ ਚ ਨਾ ਜਿਹੜੀ ਉਹ ਛੋੜੀ ਚਲੇ ਗਏ, ਇਹ ਮਿਹਰਬਾਨੀ ਕਰਨ, ਮਿਹਰਬਾਨੀ ਕਰੋ ਤੇ ਵੋਟ ਜਿਹੜਾ ਨਾ ਉਹ ਅਸਾਂ ਦੱਸਾਂ ਉਸਕੀ ਜਿਹੜੀ ਸ੍ਰੀ ਦੀ ਮਰਜ਼ੀ ਹੋ ਸੀ, ਗੈਸ ਸਾਡਾ ਹੱਕ ਬਣਨਾ ਸਾਡੇ ਟੈਕਸਾਂ ਨਾਲ ਲੈ ਤਮਾਮ ਚੀਜ਼ਾਂ ਆ। ਅਗਰ ਕੋਈ ਹੁਣ ਬੰਦਾ ਇਹ ਆਏ ਨਾ ਕਿ ਮੈਂ ਪੀਪਲਸ ਪਾਰਟੀ ਮੁਸਲਿਮ ਹੋਈ ਜਾਂ PTI ਵਿੱਚ ਰਹੀ ਤੇ ਮੈਂ ਇਹਨਾਂ ਲੋਕਾਂ ਨਾਲ ਕੋਈ ਇਤਸਾਲ ਕਰਸਾਂ ਤਾਂ ਬੜਾ ਮੁਸ਼ਕਲ ਕੰਮ ਆ ਜੀ। ਬਿਲਾ ਤਫਰੀਕ ਹੋ ਸੀ, ਇਹ ਕੰਮ ਬਿਲਾ ਤਫਰੀਕ ਹੋ ਸੀ। ਅਸਾਂ ਚੋਈ ਸਾਹਿਬ
ਉਸਾਮਾ ਸਾਹਿਬ ਲਾਸਟ ਟਾਈਮ ਆਏ ਸੀ ਜਿਹੜੇ ਸਾਡੇ ਘਰ ਰਿਕੁਐਸਟ ਕੀਤੀ ਸੀ ਉਹਨਾਂ ਦੀ ਕਿ ਸਾਡੀ ਆਬਾਦੀ ਇੱਕ ਸਪੈਸ਼ਲੀ ਜਿਹੜਾ ਨਾ ਬਹੁਤ ਬੜੀ ਔਰ ਗੁੰਜਾਨ ਆਬਾਦੀ ਆ ਮੋੜਾ ਲੰਗੜਿਆਲ, ਇਹ ਕੋਈ ਉਸੇ ਵਜ੍ਹਾ ਸੋ ਰਹੀ ਗਈ ਕੋਈ ਟੈਕਨੀਕਲ, ਅਸਲ ਇਹਨਾਂ ਗੂਗਲ ਮੈਪ ਉੱਪਰ ਇਹ ਕੀਤਾ ਸੀ ਕਿ ਮਾਮਲਾ ਗੂਗਲ ਮੈਪ ਉੱਪਰ ਤੁਸੀਂ ਪਤਾ ਕਿ ਉਹ ਰਹੀ ਗਿਆ ਹਿੱਸਾ, ਫਿਰ ਉਹ ਨਹੀਂ ਖਾਲੀ ਰਿਹਾ ਤਾਂ ਉਹ ਬੜੀ ਮੁਸਤਹਿਕ ਆਬਾਦੀ ਹੈ ਹੈਦਰੀ ਕਾਲੋਨੀ, ਠੀਕ ਹੈ ਜੀ, ਹੈਦਰੀ ਕਾਲੋਨੀ ਰਹੇਗੀ ਪਰ ਜਿਤਨੀ ਵਾਰਡ ਹੀ ਸਾਡੀ ਉਪਾਰੀ ਨਈ ਆਬਾਦੀ ਟੋਕ ਬੁਲੰਦੀਆਂ ਇਹ ਸਾਰੀ ਜਿਹੜਾ ਨਾ ਰਹੇਗੀ, ਫਿਰ ਰਜਾਮ ਰਹੇਗੀ, ਇਹ ਯੂਨੀਅਨ ਕੌਂਸਲ ਚੋਏ ਨੇ ਚਾਰ ਜਗ੍ਹਾ ਐਸੀਆਂ ਜਿਹੜੀਆਂ ਰਹੇਗੀਆਂ, ਅਸਾਂ ਉਹਨਾਂ ਕੇ ਫਿਰ ਰਿਕੁਐਸਟ ਕਰ ਸਾਂ ਕਿ ਇਹ ਵੀ ਸਾਡੇ ਲੋਕ ਹੈ ਔਰ ਬਿਲਾ ਤਫਰੀਕ ਦੇਣੀ ਚਾਹੀਦੀ ਤੇ ਮੀਂਹ ਉਮੀਦ ਹੀ ਬਲਕਿ ਉਸ ਦਿਨ ਸਾਡੇ ਠੇਕਦਾਰ ਆਇਆ ਸਰ ਗੱਲ ਇਸ ਰਹੀ ਹੈ ਕਿ ਆਪਰੇ ਅਗਲੇ ਦਸ ਮਨਜ਼ੂਰ ਹੋਈ ਤਾਂ ਮੇਰੇ ਖਿਆਲ ਜਿਹੜੀ ਰਹਿਣੀ ਆ ਨਾ ਮੋੜਾ ਲੰਗੜਿਆਲ ਨੰਬਰ 2 ਜਿਹੜਾ ਨਾ ਉੱਚੇ ਨਾਲ ਆ, ਬਿਲਕੁਲ ਐਸਾ ਹੀ ਉੱਚੇ ਵਿੱਚ ਆ ਸਮਝਿਆ, ਜਿਹੜਾ ਕਿਰਾਈ ਤੇ ਉਹ ਸੌਟਾ ਬਦਾਲਾ ਹੀ ਲਾਇਆ ਨੇ ਯੂਨੀਅਨ ਕੌਂਸਲ ਕਨੋਏ ਚ ਆ ਲੈ ਕੇ ਅਸੀਂ ਉੱਚੇ ਚਾਉਣਾ ਚਾਹੀਦਾ, ਬਿਲਕੁਲ ਐਸਾ ਜਿਹੜਾ ਕਿ ਸੌੜ ਸਦਰਾ ਉਹ ਕਨੋਏ ਚ ਆ ਸੌਟਾ ਵਿੱਚ ਆ, ਜਿਹੜਾ ਕਿ ਮੋੜਾ ਨੰਗੜਿਆਲ ਉਹਨਾਂ ਦੋ ਨੰਬਰ ਕੱਟੀ ਤੋਂ ਲਾਈ ਜੋੜਾ ਨੇ ਇੱਧਰ ਕਨੋਏ ਵਿੱਚ, ਸਾਡੀ ਆਬਾਦੀ ਜਿਹੜੀ ਹੈ ਉਹ ਜ਼ਿਆਦਾ ਹੀ ਹੈ, ਸਾਡੇ ਤੱਕ 12-1400 ਵੋਟ ਹੀ ਜਿਹੜੀ ਅਸੀਂ ਉਹ ਕਨੋਏ ਚਾਹੀਦੀ ਪੋਲ ਕਰਨੇ ਆ, ਸੌੜ ਬਦਾਲ ਚਾਹੀਦਾ ਸਾਡੀ ਜਿਹੜੀ ਹੈ ਵਾਰਡ ਜਿਹੜੀ ਹੈ ਉਹ ਸਾਨੂੰ ਲਾਦਾ ਆਉਣੀ ਚਾਹੀਦੀ ਤੇ ਚੋਏ ਚਾਉਣੀ ਚਾਹੀਦੀ, ਠੀਕ ਹੋ ਗਿਆ ਜੀ। ਕਿਆ ਆਖਣੇ ਹੋ ਜੀ? ਇਨਸ਼ਾਅੱਲਾ ਜੀ ਅਸਾਂ ਦੀ ਪੂਰੀ ਕੋਸ਼ਿਸ਼ ਸੀ ਕਿ ਅਸਾਂ ਤੇ ਚੌਧਰੀ ਹੋਰ ਜੀ ਮੋੜਾ ਨੰਗੜਿਆਲ ਵਾਲੇ ਹੈਦਰੀ ਕਾਲੋਨੀ ਵਾਲੇ ਸਾਰੇ ਅਸਾਂ ਇਕੱਠੇ ਇਨਸ਼ਾਅੱਲਾ ਗਏ, ਇਨਸ਼ਾਅੱਲਾ ਜੀ ਇਨਸ਼ਾਅੱਲਾ, ਠੀਕ ਹੈ ਜੀ। ਕਾਫੀ ਸਾਰੀ ਲਹਿਣਾ ਅਸੀਂ ਕੋਲੋਂ ਹੀ ਆ ਸਮਝ ਲੈਣਾ ਹੀ ਕੁਝ ਚੌਧਰੀ ਜੀ, ਜਿੰਦਾ ਇੱਕ ਮਿਸਾਲ ਇਹ ਵੀ ਹੈ ਕਿ ਅਸਾਂ ਦੇ ਮੁਹੱਲੇ ਚ ਛੋਟੀਆਂ ਗਲੀਆਂ ਚ ਇੱਕ ਲਾਈਨਾਂ ਪਈਆਂ ਨੇ, ਜਿਸਲੇ ਡਿਸਟ੍ਰੀਬਿਊਸ਼ਨ ਲਾਈਨਾਂ ਜਿਹੜੀਆਂ ਪਈਆਂ ਤੇ ਉਸ ਵਿੱਚ ਇੱਕ ਸਾਡੇ ਆਪਣੇ ਕੋਲ ਹੀ ਆਪਣੇ ਅਜ਼ੀਜ਼ ਦੇ ਸਾਡੇ ਉਹਨਾਂ ਦੀ ਗਲੀ ਰਹੀ ਗਈ ਸੀ, ਉਹ ਉਸ ਵਿੱਚ ਸਰਵੇ 'ਚ ਕੋਈ ਨਹੀਂ ਸੀ, ਅਸਾਂ ਆਪਣੀ ਗਲੀ ਛੜਾਈ ਛੱਡੀ ਉਹਨਾਂ ਦੀ ਗਲੀ ਕਰੀ, ਸਾਡੀ ਗਲੀ 'ਚ ਗੈਸ ਕੋਈ ਨਹੀਂ ਉਹਨਾਂ ਨੇ ਲਵਾਈ, ਸੋ ਤੱਕ ਅਸੀਂ ਲੈਣੋ ਬਾਹਰ ਕੁਰਾ ਤੋਂ ਆਪੂ ਚਲੇ ਗਏ, ਅਸਾਂ ਆਪਣੀ ਗਲੀ ਛੜਾਈ ਛੱਡੀ, ਅਸਾਂ ਕਿਹਾ ਜੀ ਸਾਰਿਆਂ ਤੋਂ ਆਖਰ ਪਰ ਅਗਰ ਕਰੀ ਦਿੱਤੀ ਨੇ ਠੀਕ ਹੈ, ਨਾ ਹੋਇਆ ਤਾਂ ਤੱਕਿਆ ਜਾ ਸੀ, ਬਹਰਹਾਲ ਉਹਨਾਂ ਨੇ ਪਹਿਲੇ ਕਰਾਈ ਛੱਡੀ ਤਾਂ ਕਿ ਕੋਈ ਬੰਦਾ ਇਹ ਨਾ ਕਹਿ ਕਿਹੜਾ ਇਹ ਅਗਰ ਕੰਮਾਂ ਵਿੱਚ ਜ਼ਰਾ ਐਫਰਟ ਕਰਨੇ ਪਏ ਤਾਂ ਆਪਣੇ ਕੰਮ ਕਰਨੇ ਪਏ ਤਾਂ ਬਾਕੀ ਛੋੜਨੇ ਪਏ, ਅਸਾਂ ਆਣੇ ਸਾਰਿਆਂ ਤੋਂ ਪਹਿਲੇ ਇਹ ਸਾਰੇ ਬੰਦੇ ਬਾਲਣ, ਉਸ ਤੋਂ ਬਾਅਦ ਅਸਾਂ ਸਾਰਿਆਂ ਤੋਂ ਬਾਅਦ ਬਾਲਦਾ। ਚਲੋ ਜੀ, ਉਹ ਅਸਾਂ ਆਣੇ ਹਾਂ ਜੀ ਕਿ ਸਾਰੇ ਬਾਲਣ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤੇ ਜਨਾਬ ਅਲੀ ਬਹੁਤ ਬਹੁਤ ਸ਼ੁਕਰੀਆ ਦੋਸਤਾਂ ਸਾਰਿਆਂ ਦਾ ਕਿ ਜਿਹੜੇ ਆਪਣੇ ਕੰਮ ਛੋੜੀ ਤੇ ਇੱਥੇ ਖਲਦੇ ਵੇ ਇਸ ਕੰਮੇ ਵਾਸਤੇ ਕਿ ਲੋਕਾਂ ਨਾਲ ਫਾਇਦਾ ਹੋਵੇ, ਅਤੇ ਇਹਨਾਂ ਲੋਕਾਂ ਦੀ ਕਦਰ ਕਰਿਆ ਕਰੋ, ਇਹਨਾਂ ਲੋਕਾਂ ਨੇ ਖਾਸ ਕਰੀ ਜਿਹੜੇ ਤੁਸੀਂ ਨੇ ਇਰਦ ਗਿਰਦ ਜਿਹੜੇ ਦੋਸਤ ਹੋਣੇ ਇਹ ਕੋਈ ਖੜਪੈਂਚ ਨਹੀਂ ਹੋਣੇ, ਨਾ ਕੋਈ ਜਿਹੜਾ ਨਾ ਮੁਤਬੇਰ ਹੋਣੇ, ਬਲਕਿ ਭੈਣਾਂ ਭਰਾ ਵੇ, ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨੇ ਇਹਨਾਂ ਪੇ, ਔਰ ਇਹਨਾਂ ਕੇ ਐਪਰੀਸ਼ੀਏਟ ਕਰਿਆ ਕਰੋ ਜਿੱਦਾਂ ਤੁਸੀਂ ਦਾ ਦਿਲ ਕਰਨਾ, ਅਤੇ ਇਹ ਗੱਲਾਂ ਹੋਣੀਆਂ ਰਹਿਣੀਆਂ, ਇਹ ਨਹੀਂ ਕਿ ਬਾਈ ਗੱਲਾਂ ਹੁਣ ਆਦਮੀ ਇਨਸਾਨ ਆ 100 ਹੋ ਜਾਣੀਆਂ, ਲੇਕਿਨ ਥੋੜ੍ਹੀ ਜਿਹੀ ਕਈ ਵਾਰੀ ਬੰਦੇ ਕੀ ਕਰਨੀ ਪੈਣੀ ਕਿ ਇੱਧਰੋਂ ਵੀ ਕਰ ਸੋ ਉੱਧਰੋਂ ਵੀ, ਥੋੜ੍ਹਾ ਨਵਾਂ ਬੰਦਾ ਦੋਵੇਂ ਪਾਸੋਂ ਹੋਣਾ ਤਾਂ ਕੰਮ ਚੱਲੀ ਜਾਣਾ, ਅਤੇ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ ਦੋਸਤਾਂ ਸਾਰਿਆਂ ਨਾਲ ਜਿਹੜਿਆ ਸੁਣਿਆ ਵੀ ਹੈ ਜੀ, ਔਰ ਅਹਿਬਾਬ ਜਿਹੜੇ ਸਾਰੀਆਂ ਦਿਲੋਂ ਗੱਲਾਂ ਕੀਤੀਆਂ ਨੇ ਤਾਂ ਉਹ ਇਸ ਤਰ੍ਹਾਂ ਜਿਹੜਾ ਪਕੜੋ ਨਾ ਇਸ ਲਈ ਬੰਦੇ ਯਾਦ ਨਹੀਂ ਕੀਤੀਆਂ ਹੋਣੀਆਂ, ਬਲਕਿ ਜਿਹੜੀਆਂ ਸੱਚੀਆਂ ਹੋਣੀਆਂ ਨੇ ਉਹ ਨਿਕਲੀ ਜਾਣੇ ਦੇ, ਇਨਸ਼ਾ ਅੱਲਾ ਇਹ ਕੰਮ ਵੀ ਚੰਗੇ ਉਹ ਸੁਣ, ਅਤੇ ਅਸਾਂ ਮੋਤੇ ਦੋਸਤਾਂ ਦਾ ਅਸਾਂ ਕਿਸੇ ਕੀ ਨਾ ਜਾਣੇ, ਬਲਕਿ ਜਿਹੜੇ ਤੁਸਾਂ ਨੇ ਆਪਣੇ ਨੁਮਿੰਦੇ ਜਿਹੜੇ ਇਲਾਕੇ ਨੇ ਹੋਣੇ, ਆਪਣੇ ਗ੍ਰਾਂ ਨੇ, ਆਪਣੀ ਵਾਰਡ ਨੇ, ਆਪਣੀ ਯੂਨੀਅਨ ਕੌਂਸਲ ਨੇ, ਉਹਨਾਂ ਨਾਲ ਤੁਸਾਂ ਰਾਬਤੇ 'ਚ ਰਿਹਾ ਕਰੋ ਅਤੇ ਇਨਸ਼ਾਅੱਲਾ ਇਹ ਕੰਮ ਜਲਦ ਤੋਂ ਜਲਦ ਪਾਏ ਤਕਮੀਲ ਪਹੁੰਚਣ। ਬਹੁਤ ਸ਼ੁਕਰੀਆ ਸਾਰਿਆਂ ਦੋਸਤਾਂ ਦਾ ਜੀ, ਬਹੁਤ ਮਿਹਰਬਾਨੀ ਜੀ।
ਇਹ ਜਨਾਬ ਲੋਕੇਸ਼ਨ 1 ਵਿੱਚ ਸਾਰੀ ਚੀਜ਼ਾਂ ਅਛਣੀਆਂ ਹੋਈਆਂ, ਚੁਆ ਅਛਣਾ ਪਿਆ, ਟੋਕ ਮੁਕੱਦਮ ਹੈ, ਫਿਰ ਇੱਧਰ ਸਾਰਾ ਅੱਗੇ ਤੱਕ ਜਾਣਾ ਪਿਆ। ਇਹ ਪਰਲਾ ਜਿਹੜਾ ਏਰੀਆ ਹੈ ਜੀ, ਇਹ ਬੇਵਲ ਰੋਡ ਵਾਲਾ ਜਿਹੜਾ ਹੁਣ ਇੱਥੋਂ ਇਹਨੇ ਸ਼ੁਰੂ ਕੀਤਾ, ਇਹ ਸਾਰਾ ਅਪਰੇ ਜੀਆਂ ਚੋਏ ਜੀਆਂ ਅਪਰ ਜਿਹੜਾ ਅਪਰੀ ਅਕਬਰੀ ਮਹੱਲਾ ਹੈ ਜੀ, ਉੱਥੇ ਤੱਕ ਜਾ ਸੀ ਮਾਸ਼ਾਅੱਲਾ ਜੀ।